खतरा दे विच मैं हाँ तुहाडे नाल गुरप्रीत सिंह ते सब तो पहला गल करांगे पाकिस्तान दे नापाक हरकत दी। जी हाँ, एक बार फिर सामने आया पाकिस्तान दा नापाक चेहरा। दहशतगर्दी ते पाकिस्तान ने एक फिर अपना रंग बदलिया। पाकिस्तानी मीडिया दे मुताबक हमले दी जांच करन तो बाद वापस परती पाकिस्तान दी जॉइंट इन्वेस्टिगेशन टीम ने पठानकोट हमले दे सबूतां नू नकार दिता। फिर देखिया पाकिस्तान दा नापाक चेहरा। पठानकोट हमले दे सबूतां नू पाकिस्तान दी ना। पहला दिल्ली विच एनआईए दे नाल बैठक, फिर पठानकोट दा दौरा। बाबियो दिसते पाकिस्तान पहुंच के दहशतवाद ते बदल गए ने सुर। जी हाँ, पाकिस्तानी मीडिया रिपोर्ट्स दे मुताबक पठानकोट हमले की जांच लई भारत आई पाकिस्तानी ज्वाइंट इन्वेस्टिगेशन टीम ने भारतीय जांच एजेंसी एनआईए दे उन्हां सबूतां नूं मनन तो इनकार कर दिता है, जिस विच साबित हो रहा सी कि पठानकोट हमले विच पाकिस्तानी दहशतगर्दां दा हथ है। सूत्रां दे मुताबक पाकिस्तान परतन तो बाद जीआईटी ने कहा कि पठानकोट एयरबेस विच छोटे रस्ते तो लजाया गया। एयरबेस का दौरा सिर्फ 55 मिनट का सी। इन्ने घट समय विच जीआईटी कोई सबूत नहीं जुटा सकी। अजिहे ठोस सबूत नहीं मिले जिस नाल पाकिस्तानी दहशतगर्दां दी भूमिका मिले। भारतीय अधिकारी सबूत मुहैया करवाउण विच असफल रहे, पर पाकिस्तानी दावयां दे उल्ट सच्चाइयां पाकिस्तान नूं बेनकाब कर रहीआं ने। एनआईए दे मुताबक पाकिस्तानी जांच टीम नूं हर उह सबूत मुहैया करवाया गया जिस विच इह जाहर हुंदा है कि दहशतगर्दां ने पाकिस्तान विच साजिश रची सी ਅਤੇ ਪਠਾਨਕੋਟ ਵਿੱਚ ਇਸ ਨੂੰ ਅੰਜਾਮ ਦਿੱਤਾ ਹੈ। ਐਂਡ ਵਾਸ ਸ਼ੋਨ ਦ ਲੋਕੇਸ਼ਨਸ ਫਰਮ ਵੇਅਰ ਦ ਟੈਰਰਿਸਟ ਇਨਫਿਲਟ੍ਰੇਟਡ ਐਂਡ ਸਬਸੀਕੁਐਂਟਲੀ ਹਿਡ ਐਸ ਵੈਲ ਐਸ ਵੇਅਰ ਦ ਐਨਕਾਊਂਟਰ ਟੁੱਕ ਪਲੇਸ। ਦੇ ਆਲਸੋ ਵਿਜ਼ਿਟਡ ਅ ਸਪੌਟ ਵੇਅਰ ਇਕਾਗਰ ਸਿੰਘਸ ਵਹੀਕਲ ਵਾਸ ਸਨੈਚਡ, ਵੇਅਰ ਹੀ ਵਾਸ ਮਰਡਰਡ ਐਂਡ ਵੇਅਰ ਦ ਟੈਰਰਿਸਟ ਹਾਈਜੈਕਡ ਦ ਐਸਯੂਵੀ ਮਹਿੰਦਰਾ ਆਫ ਐਸਪੀ ਸਲਵਿੰਦਰ ਸਿੰਘ। ਪਾਕਿਸਤਾਨੀ ਜਾਂਚ ਟੀਮ ਨੂੰ ਸਿਲਸਿਲੇਵਾਰ ਤਰੀਕੇ ਦੇ ਨਾਲ ਸਾਰੇ ਸਬੂਤ ਦਿੱਤੇ ਗਏ ਨੇ। ਸਭ ਤੋਂ ਪਹਿਲਾਂ ਦਿੱਲੀ ਵਿੱਚ ਜਾਂਚ ਟੀਮ ਨੂੰ 4 ਦਹਿਸ਼ਤਗਰਦਾਂ ਦੀ ਡੀਐਨਏ ਰਿਪੋਰਟ, ਉਹਨਾਂ ਦੀ ਪਛਾਣ, ਜੈਸ਼ੇ ਮੁਹੰਮਦ ਨਾਲ ਦਹਿਸ਼ਤਗਰਦਾਂ ਦੀ ਸ਼ਮੂਲੀਅਤ ਸਾਬਤ ਕਰਨ ਵਾਲੀ ਫੋਨ ਕਾਲ ਦੇ ਰਿਕਾਰਡ ਦਿੱਤੇ ਗਏ ਨੇ। ਇਸ ਦੇ ਬਾਅਦ ਜਾਂਚ ਟੀਮ ਪਠਾਨਕੋਟ ਗਈ ਜਿੱਥੇ ਉਹਨਾਂ ਨੇ ਉਹ ਰਸਤੇ ਦੇਖੇ ਜਿਨ੍ਹਾਂ ਰਸਤਿਆਂ ਤੋਂ ਦਹਿਸ਼ਤਗਰਦਾਂ ਨੇ ਪਠਾਨਕੋਟ ਏਅਰਬੇਸ 'ਤੇ ਹਮਲਾ ਕੀਤਾ ਸੀ। ਇੰਨਾ ਹੀ ਨਹੀਂ, ਜੀਆਈਟੀ ਨੇ ਹਮਲੇ ਦੇ ਸਮੇਂ ਪਠਾਨਕੋਟ ਵਿੱਚ ਐਸਪੀ ਰਹੇ ਸਲਵਿੰਦਰ ਸਿੰਘ ਤੋਂ ਵੀ ਪੁੱਛਗਿੱਛ ਕੀਤੀ ਹੈ ਅਤੇ 16 ਲੋਕਾਂ ਦੇ ਬਿਆਨ ਦਰਜ ਕੀਤੇ ਨੇ। ਦ ਪਾਕ ਜੀਆਈਟੀ ਵਾਸ ਆਲਸੋ ਗਿਵਨ ਐਕਸੈਸ ਟੂ 16 ਵਿਟਨੈਸਿਸ ਇਨਕਲੂਡਿੰਗ ਐਸਪੀ ਸਲਵਿੰਦਰ ਸਿੰਘ, ਹਿਸ ਕੁੱਕ, ਰਾਜੇਸ਼ ਵਰਮਾ ਐਂਡ ਸਮ ਫਾਰਮਲ ਵਿਟਨੈਸਿਸ ਐਸ ਪਰ ਐਗਰੀਡ ਟਰਮਸ ਆਫ ਰੈਫਰੈਂਸ ਐਂਡ ਐਕਸਟੈਂਟ ਲੀਗਲ ਪ੍ਰੋਵੀਜ਼ਨਸ। ਸਵਾਲ ਉੱਠਦਾ ਹੈ ਕਿ ਪਾਕਿਸਤਾਨੀ ਜਾਂਚ ਟੀਮ ਕੀ ਮਹਿਜ ਦੁਨੀਆ ਦੇ ਦਬਾਅ ਵਿੱਚ ਜਾਂਚ ਲਈ ਭਾਰਤ ਆਈ ਸੀ? ਕੀ ਇਹ ਦਹਿਸ਼ਤਵਾਦ ਤੇ ਦੁਨੀਆ ਦੇ ਸਾਹਮਣੇ ਦਿਖਾਵਾ ਸੀ? ਕਿ ਦਹਿਸ਼ਤਗਰਦਾਂ ਦੇ ਖਿਲਾਫ ਸਬੂਤ ਨਾ ਮੰਨਣਾ ਹੀ ਪਾਕਿਸਤਾਨ ਦਾ ਮਕਸਦ ਸੀ? ਪਾਕਿਸਤਾਨ ਦੇ ਰਵੱਈਏ ਤੋਂ ਤਾਂ ਅਜਿਹਾ ਹੀ ਲੱਗਦਾ ਹੈ। ਅਤੇ ਹੁਣ ਜਦੋਂ ਅਜਿਹਾ ਹੀ ਸੀ ਤਾਂ ਪਾਕਿਸਤਾਨ ਦੀ ਜਾਂਚ ਟੀਮ ਨੂੰ ਭਾਰਤ ਸਰਕਾਰ ਨੇ ਜਾਂਚ ਦੇ ਲਈ ਭਾਰਤ ਆਉਣ ਹੀ ਕਿਉਂ ਦਿੱਤਾ? ਬਿਊਰੋ ਰਿਪੋਰਟ, ਜ਼ੀ ਮੀਡੀਆ। ਐਨਆਈਏ ਦੇ ਅਫਸਰ ਦਾ ਕਤਲ। ਇੱਕ ਨਹੀਂ ਸਗੋਂ 21 ਗੋਲੀਆਂ ਮਾਰ ਕੇ ਕਤਲ ਕੀਤੇ ਗਏ ਡਿਪਟੀ ਐਸਪੀ ਮੁਹੰਮਦ ਤਨਜ਼ੀਲ ਦੇ ਕਤਲ ਪਿੱਛੇ ਕਿਸਦਾ ਹੱਥ ਹੈ? ਇਹ ਸਵਾਲ ਚੋਂ ਦਾ ਤਿਉਂ ਬਰਕਰਾਰ ਹੈ। ਸਵਾਲ ਇਹ ਵੀ ਹੈ ਕਿ ਐਨਆਈਏ ਦੇ ਜਾਬਾਜ਼ ਅਫਸਰ ਨੂੰ ਦਹਿਸ਼ਤਗਰਦਾਂ ਨੇ ਤਾਂ ਨਹੀਂ ਨਿਸ਼ਾਨਾ ਬਣਾਇਆ? ਰੋਂਦੇ ਵਿਲਖਦੇ ਪਰਿਵਾਰ ਵਾਲੇ ਨੇ ਐਨਆਈਏ ਅਫਸਰ ਤਨਜ਼ੀਲ ਅਹਿਮਦ ਦੇ, ਜਿਨ੍ਹਾਂ ਦੇ ਕਤਲ ਦੀ ਖਬਰ ਨੇ ਪੂਰੇ ਦੇਸ਼ ਨੂੰ ਮੁਸ਼ਕਲ ਵਿੱਚ ਪਾ ਦਿੱਤਾ। ਐਨਆਈਏ ਅਫਸਰ ਤਨਜ਼ੀਲ ਦਾ ਕਤਲ ਉਸ ਵੇਲੇ ਅੰਜਾਮ ਦਿੱਤਾ ਗਿਆ ਜਦ ਉਹ ਆਪਣੀ ਭਾਂਜੀ ਦੇ ਵਿਆਹ ਸਮਾਗਮ ਤੋਂ ਸ਼ਨਿਚਰਵਾਰ ਦੀ ਰਾਤ ਬਿਜਨੌਰ ਹੁੰਦੇ ਹੋਏ ਵਾਪਸ ਪਰਤ ਰਹੇ ਸਨ। ਇਸੇ ਵੈਗਨਾਰ ਕਾਰ ਵਿੱਚ ਤਨਜ਼ੀਲ ਅਹਿਮਦ ਆਪਣੀ ਪਤਨੀ ਫਰਜ਼ਾਨਾ ਅਤੇ 2 ਬੱਚਿਆਂ ਦੇ ਨਾਲ ਸਨ ਅਤੇ ਕਾਰ ਖੁਦ ਡਰਾਈਵ ਕਰ ਰਹੇ ਸਨ। ਪਰ ਜਿਵੇਂ ਉਹ ਸਿਉਹਾਰਾ ਥਾਣੇ ਇਲਾਕੇ ਵਿੱਚ ਇੱਕ ਪੁਲ ਦੇ ਨੇੜੇ ਪਹੁੰਚੇ, ਉਦੋਂ ਅਚਾਨਕ ਬਾਈਕ ਸਵਾਰ ਬਦਮਾਸ਼ਾਂ ਨੇ ਉਹਨਾਂ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਬਦਮਾਸ਼ਾਂ ਨੇ ਤਕਰੀਬਨ 21 ਗੋਲੀਆਂ ਤਨਜ਼ੀਲ ਦੇ ਸਰੀਰ ਵਿੱਚ ਉਤਾਰ ਦਿੱਤੀਆਂ। ਇਸ ਹਮਲੇ ਵਿੱਚ ਕੁਝ ਗੋਲੀਆਂ ਤਨਜ਼ੀਲ ਦੀ ਪਤਨੀ ਨੂੰ ਵੀ ਲੱਗੀਆਂ, ਪਰ ਇਸ ਦੌਰਾਨ ਤਨਜ਼ੀਲ ਨੇ ਬੱਚਿਆਂ ਨੂੰ ਬਚਾ ਲਿਆ।
जबकि गंभीर हालत में उन्हां दी पत्नी नू नोएडा रेफर किया गया। फिर भी बच्चा ये कहता है कि कोई बाइक पे पल्सर थी, शायद पल्सर के ऊपर था, बस इतना ही बच्चों ने देखा। उसके बाद फिर 5 मिनट के बाद ही हम लोग उधर से उधर उसी जगह पर हम पहुंचे तो हमने देखा कि भाई की गाड़ी जो है इस तरह से क्यों खड़ी है। फिर बच्चों ने हेल्प के लिए शोर मचाना शुरू किया बच्चों के साथ, फिर हम उतरे गाड़ी से और फिर हमने देखा तो भैया तो उसी वक्त हमारे खत्म हो चुके थे। परिवार वाले ने मुताबिक तंजील दी किसी नाल कोई रंजिश नहीं सी। इस घटना को क्या माननी चल जा सकता है, या तो ये बड़ा दहशतगर्दी कोई हाथ हो सकता है, आपसे रंजिश यहाँ की कोई रंजिश तो हम लोग नहीं मान सकते, और ये बड़ा कोई दहशतगर्दाना भी मतलब ये हमला हो सकता है। हमलावरों ने इस घटना अंजाम देने के लिए ऑटोमैटिक हथियारों का इस्तेमाल किया, जिसकी वजह नाल इस घटना को दहशतगर्दी हमले नाल जोड़ के देखा जा रहा है। फिलहाल मामले की जांच में NIA, UPSTF और पुलिस जुट गई है। छानबीन चल रही है, यहाँ लखनऊ से IGSTF और IGATF भी वहाँ जा चुके हैं। NIA के जो अधिकारी हैं उनसे भी हमारा संपर्क हुआ है, उनसे भी हम लोग तालमेल बना करके छानबीन कर रहे हैं, इन्वेस्टिगेशन कर रहे हैं और इसके तहत तक पहुंचा जाएगा। NIA के मुताबिक इस वारदात को अचानक अंजाम नहीं दिया गया, बल्कि ये सुनियोजित हमला सी, यानी हमलावरों को तंजील की हर मूवमेंट की जानकारी सी। ये इस पूरी घटना की जांच यूपी की ATS, यूपी की STF और हमारी अलग अलग टीमें, दिल्ली की टीम, हमारी लखनऊ की टीम, हमारे लखनऊ के DIG, SP ये सब वहाँ कैंप करके अभी कर रहे हैं। इस शक इसलिए भी पुख्ता हो रहा है क्योंकि तंजील बीते कई साल तो NIA नाल जुड़े सन और वो कई संवेदनशील मामलों की जांच का हिस्सा सन। सूत्रों की मनीये तो बिजनौर में हुए धमाकों की जांच नाल भी जुड़े हुए सन। NIA के खास ऑपरेशन भी तंजील अहमद ने अहम भूमिका निभाई सी। पठानकोट हमले तो अलावा तंजील ने देश में IS का मॉड्यूल फड़न में अहम रोल अदा किया। पठानकोट हमले को लेकर पाकिस्तान तो आई GIT टीम के नाल इंडियन अफसरों के डेलीगेशन में भी शामिल सन। NIA के बहादुर अफसर तंजील अहमद का कतल का प्लैन जिस तरह रचा गया और उसको अंजाम दिता गया उस तो यही लगता है कि एक सोची समझी दहशतगर्दा की साजिश है। नोएडा तो अनुराग चड्डा के नाल अमित चौधरी, जी मीडिया। किते दहशतगर्दी हमले की जांच हो रही है पर सिट्टा कोई नहीं निकल रहा, तो किते देश की सब तो वड्डी जांच एजेंसी के अफसर नूं शरेआम कतल किया गया, तो उधर जम्मू कश्मीर के पुलवामा च दहशत की आहट सुनन नूं मिली। दहशतगर्दा ने पुलिस की टीम से हमला किया। मुरन चौंक से ड्यूटी से तैनात पुलिस टीम से दहशतगर्दा ने गोलियां वराईया। फिलहाल सुरक्षा बलों ने इलाके नूं घेर के सर्च ऑपरेशन शुरू किया। दो भरा खून का रिश्ता, पर खून इस वेले पानी हो गया जदों भरा ने भरा का कतल कर दिता। किसे वेले वो अपनी हर चीज़ नूं सांझी करते होंगे, पर हुण जमीन के कटोटे ने भरा नूं भरा का खून वहाउण दे लई मजबूर कर दिता। फरीदकोट तो रिश्तियां दे कतल की एक खौफनाक वारदात सामने आई। इन्हां धुंधलियां तस्वीरां दे पिछे रिश्तियां दे खत्म हुंदे अस्तित्व की खौफनाक दास्तां। वारदात फरीदकोट के पिंड बहबल कलां की है। इत्थे एक भरा ते अपने सगे भरा के कतल दे इल्जाम लगे ने अते वजह सी जमीन का एक टुकड़ा। वारदात उस वेले की है जब राम सिंह खेत तो अपने तां रस्ते च उसके भरा जगराज सिंह ने अपने साथियों के नाल मिलकर राम सिंह ते तेज धार हथियारों नाल हमला कर दिता, जिस नाल राम सिंह की मौके ते ही मौत हो गई। पहला तो लड़ाई थी इन्हां दी, ये खेतों आता से पौने 7:15 तो जगदेव सरपंच की मोड़ से चक्की है छप्पड़ को, जो उ पता लगे भी राम सिंह मारता तो सह के दाजा से जो बहुत को डेथ ही हो गई। मारे वो ये भरा दोवें भरा बाइटर शौक ही कह दिया जगराज है जो ना। पुलिस के मुताबिक दोवां भरावां दे विचकार जमीनी विवाद चल रहा है, जिसकी वजह न इस वारदात को अंजाम दिता गया। फिलहाल पुलिस ने 3 लोगों के खिलाफ कतल का मामला दर्ज कर कार्रवाई शुरू कर दी है, पर मुलजम अजे फरार है। दोषियों को गिरफ्तार करने लिए रेड किए जा रहे हैं। मुकदमे की जी तफ्तीश है मुढ़ली स्टेज है, उस तो बाद अगली कार्रवाई अमल में लगी। राम सिंह तो उसकी जिंदगी खोन का इल्जाम किसी होर से नहीं बल्कि उसके अपने सगे भरा से लगा है। अजय च सवाल यही है कि क्यों दिन ब दिन साढ़े समाज रिश्तिया की अहमियत घट हो रही है, क्यों अपने ही अपने का कातल बन रहे हैं, अते वो भी मामूली गल्लां ते क्यों लालच रिश्तियां ते भारी पै रहा है।
देवानंद शर्मा दे नाल ब्यूरो रिपोर्ट जी मीडिया फरीदकोट। ते हुण गल कैनेडा दी करांगे जिथे दे क्यूबिक सिटी विखे एक सिख नौजवान की दस्तार बारे टिप्पणी की गई तो उसके कुटमार भी की गई। इल्जाम ने कि कुछ नौजवानों ने उस वेले सिख नौजवान से हमला किया जो अपने दोस्त के नाल घूमण गया। 29 साल के इंडो कनेडियन सिख सुपनिंदर सिंह खैरा जिन्हों कनेडा की क्यूबिक सिटी विच नस्ली हमले का शिकार होना पिया। मूल रूप तो पटियाला वासी टोरंटो च रहने वाले खैरा अपने कुछ दोस्तों क्यूबिक सिटी गए सन जिथे रात वेले वो टैक्सी का इंतजार कर रहे सन। उस वेले उत्थे कुछ नौजवान आए जिन्हां ने शराब पीती हुई थी अते खैरा दी दस्तार नूं लै के टिप्पणियां शुरू कर दित्तियां ते विरोध करन ते उन्हां नाल कुटमार कीती गई। इस हमले की सिख संगठना वालों जोरदार निखेधी की जा रही है। हालांकि सिख MPs की बहुतात वाली कनेडा सरकार के प्रधानमंत्री जस्टिन ट्रूडो ने भी इस घटना से दुख का प्रगटावा करदिया आख्या कि नफरत अते हिंसा की कनेडियन अते होर भाईचारिया विच कोई थां नहीं है, पर किते ना किते अजिहे हमले विदेशों विच सिखां दी सुरक्षा ते सवाल खड़े कर रहे ने। ब्यूरो रिपोर्ट जी मीडिया। शर्मनाक इसलिए क्योंकि जो मामला जीन तो सामने आया वह शर्मसार करने वाला है, क्योंकि जिस शख्स ने उसनु जिंदगी दित्ती सी उसे ते इल्जाम ने उस तो जिंदगी खोण दी। तो जिन्हां भरावां ने हमेशा उसकी रक्षा करन दा वचन दिता सी हुण उन्हां भरावां ते ही इल्जाम ने बेरहमी नाल कतल करन दे ते उसनु इह सज़ा मिली है प्यार करन दी। एक घर अते दो लाशां, एक मुंडे अते दूजी कुड़ी दी। हॉरर किलिंग दी एक खौफनाक वारदात है जिन दे पिंड राजगढ़ डोबी दी। अते कतल करन दे इल्जाम लगे ने मृतक कुड़ी दे परिवार दे जिन्हां ने झूठी शान दे लई अपना ही खून वहाउण तो गुरेज नहीं कीता। पुलिस के मुताबिक मृतक मुंडे अते कुड़ी दा काफ़ी देर तो प्रेम प्रसंग चल रहा सी। कुड़ी दे परिवार वालियां नूं इह रिश्ता मंजूर नहीं सी। अते इह गल परिवार वालियां नूं इन्नी नागवार गुजरी कि उन्होंने दोहां ते तेजधार हथियारां दे नाल हमला कर दिता। ये जो लड़का और लड़की है इनका इन्होंने मर्डर कर दिया। जो लड़की पक्ष है जो अभी तक हमारे पास इन्वेस्टिगेशन में पता चला है, तो जब इसके पिताजी को पता चला तो इसने लड़के की अपने भाइयों को बुला लिया और उसके साथ मिलकर उनकी पिटाई करी। और फिर बाद में इन लड़के वालों को बुला के लड़का तब तक शायद वो जीवित था तो वो ले गए थे। फिर उसके बाद उसकी वहाँ पे डेथ हो गई और फिर इनको पता चला तो बाद में इन्होंने स्ट्रैंगुलेशन करके लड़की के फादर ने लड़की को भी मार दिया। घर विच पए इन हथियारों नूं देख के अंदाजा लगाया जा सकता है कि किस तरह मुलजमान ने दरिंदियां दे वांग अपनियां दा ही खून बहाया होगा। मौके ते पहुंची पुलिस ने तीन लोगों के खिलाफ मामला दर्ज कर लिया जबकि मुलजम पिता ते भरा फरार। दोनों एक ही कास्ट से संबंधित लगते थे, मतलब एक ही जो गांव में परिवार होता है उसी के थे। हमने जो कंप्लेन है उस पे केस रजिस्टर कर रहे हैं। ये कोई पहली बार नहीं है जब हॉरर किलिंग की वारदात सामने आई होवे, पर जीन तो सामने आए इस मामले ने लोगों की छोटी मानसिकता एक बार मुड़ तो उजागर किया है। नाल ही यह सवाल भी खड़ा किया है कि आखिर क्यों अज भी नौजवानों उन्हों का जीवन साथी चुनने का अधिकार नहीं दिता जाता, क्यों उन्होंने अपने तो ही प्यार करने की अजिही सज़ा मिलती है, आखिर लोगों की यह सोच कदों बदलेगी। राजकुमार गोयल जी मीडिया जीन। जिसते वह सब तो ज़्यादा भरोसा करती सी, जिस नाल अपनी जिंदगी बिताने का सुफना देखती सी उसे ने उसते भरोसे का कतल किया। यह इल्जाम ने हुशियारपुर की रहने वाली कुड़ी दे ते इल्जामां दे घेरे च एक पुलिस मुलाजम। शरीर ते लगियां सट्टां ने शायद इस कुड़ी नूं ओना दर्द नहीं दिता होगा जिन्ना दुख अते दर्द इस नूं मानसिक तौर ते मिलिया होगा। हस्पताल च इलाज करा रही इस पीड़ित का इल्जाम है कि इस दे नाल दुरिंदगी नूं अंजाम दिता गया। सिर्फ इन्ना ही नहीं, इस दे भरोसे का भी कतल किया गया। तो इस दुरिंदगी के इल्जाम लगे ने उस शख्स से जिस से इस सब तो ज्यादा भरोसा करती सी। पीड़ित के मुताबिक 5 साल तो एक पुलिस मुलाजम के नाल इस दे प्रेम संबंध सन अते व्याह का चांसा दे के मुलजम ने इस नाल शरीरक संबंध भी बनाए, पर जदों इसने व्याह करना चाहिया तो मुलजम ने धोखे नाल इस नूं घर सद के कुटमार की। जतिंदर सिंह जी पे साढ़े पिंड ड्यूटी लगी सी, 5 साल पेयर हो गया चलते, तो मैनू ब्याह का झांसा दिता हुआ सी।
ਜਿਹਦੇ ਨਾਲ ਸਾਡੇ ਆਪਣੇ ਸੰਬੰਧ ਵੀ ਰਹੇ ਆ। ਮੇਰਾ ਪਿਛਲੇ ਐਤਵਾਰ ਦਾ ਰਿਸ਼ਤਾ ਹੋ ਗਿਆ ਤੇ ਇਹ ਮੈਨੂੰ ਫਿਰ ਵੀ ਨਹੀਂ ਦੱਸਿਆ ਕਿ ਮੇਰਾ ਰਿਸ਼ਤਾ ਹੋ ਗਿਆ, ਲਾਰਾ ਲਾਉਂਦਾ ਰਿਹਾ। ਇਲਜ਼ਾਮ ਇਹ ਵੀ ਹੈ ਕਿ ਨਾ ਸਿਰਫ ਜਤਿੰਦਰ ਸਿੰਘ ਸਗੋਂ ਉਸ ਦੇ ਪਰਿਵਾਰ ਨੇ ਵੀ ਇਸ ਦੇ ਨਾਲ ਕੁੱਟਮਾਰ ਕੀਤੀ ਅਤੇ ਇਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਹੋਰ ਤਾਂ ਹੋਰ ਰਿਸ਼ਤੇਦਾਰਾਂ ਦਾ ਇਲਜ਼ਾਮ ਹੈ ਕਿ ਜਾਂਚ ਕਰਨ ਵਾਲੇ ਪੁਲਿਸ ਮੁਲਾਜ਼ਮ ਵੀ ਮੁਲਜ਼ਮਾਂ ਦੇ ਨਾਲ ਮਿਲੇ ਹੋਏ ਨੇ ਅਤੇ ਕੋਈ ਕਾਰਵਾਈ ਨਹੀਂ ਕਰ ਰਹੇ। ਜਦੋਂ ਮੈਂ ਇਹਨਾਂ ਦੇ ਅੰਦਰ ਗਈ, ਅੰਦਰ ਬੜੀ ਜਤਿੰਦਰ ਸਿੰਘ ਆਪਣੇ ਵਿਹੜੇ ਦੇ ਵਿੱਚ ਖੜਾ ਸੀਗਾ। ਇਹਨੇ ਮੈਨੂੰ ਬਾਲਾਂ ਤੋਂ ਫੜ ਕੇ ਖਿੱਚ ਕੇ ਕਹਿੰਦਾ, ਮੰਮੀ ਗੇਟ ਲਾ ਕੇ ਆ ਜਾ। ਇਹਨੇ ਮੈਨੂੰ ਫੜ ਕੇ ਇਹਨੇ ਮੈਨੂੰ ਘੜੀਸ ਕੇ ਅੰਦਰ ਲੈ ਗਿਆ। ਅੰਦਰ ਜਾ ਕੇ ਮੈਨੂੰ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ, ਬਚ ਕੁੱਟ ਕਟਾਪਾ ਮੇਰਾ ਸਟਾਰਟ ਕੀਤਾ, ਮੇਰੀ ਅੱਖ ਵੀ ਨਿਕਲਣੇ ਤੋਂ ਬਚੀ। ਤਾਂ ਇਹਨੇ ਮੈਨੂੰ ਕੁੱਟ ਮਾਰਨ ਤੋਂ ਬਾਅਦ ਜਤਿੰਦਰ ਸਿੰਘ ਨੇ ਮੈਨੂੰ ਇਹ ਵੀ ਧਮਕੀ ਦਿੱਤੀ ਕਿ ਜੇ ਤੂੰ ਮੇਰਾ ਵਿਆਹ ਹੋਣ ਤੋਂ ਪਹਿਲਾਂ ਨਾ ਕੁਛ ਖਾ ਕੇ ਮਰੀ ਤਾਂ ਤੈਨੂੰ ਮੈਂ ਜੀਵੀ ਨਹੀਂ ਛੱਡਣਾ। ਗਰੀਬ ਘਰ ਦੀ ਕੁੜੀ, ਇਹ ਗਰੀਬ ਘਰ ਦੀ ਕੁੜੀ, ਇਹ ਕਾਰਵਾਈ ਨਾ ਹੋਵੇ। ਲੇਕਿਨ ਇੱਥੇ ਨਹੀਂ, ਇਹਨਾਂ ਨੂੰ ਦੱਸਣਾ, ਪੁਲਿਸ ਮੁਲਾਜ਼ਮ ਨੂੰ ਦੱਸਣਾ ਚਾਹੁੰਦੇ ਹਾਂ, ਇਹ ਕਾਰਵਾਈ ਹੋਊਗੀ, ਉਹ ਕਾਰਵਾਈ ਠੋਕੇ ਹੋਊਗੀ। ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮ ਸਵਾਲਾਂ ਦੇ ਘੇਰੇ 'ਚ ਨੇ ਅਤੇ ਜਦੋਂ ਇਸ ਮਾਮਲੇ 'ਚ ਪੁਲਿਸ ਕੋਲੋਂ ਪੁੱਛਿਆ ਗਿਆ ਤਾਂ ਕੋਈ ਵੀ ਢੁੱਕਵਾਂ ਜਵਾਬ ਹਾਸਲ ਨਹੀਂ ਹੋਇਆ। ਹਾਂਜੀ, ਅਫਸਰਾਂ ਨਾਲ ਹੋਈ ਹੈ, ਨਹੀਂ ਅਫਸਰ ਸਾਹਿਬ ਨੇ ਐਸਐਸਪੀ ਨਾਲ ਗੱਲ ਕਰਕੇ ਉਹਨਾਂ ਦੇ ਬਿਆਨ ਲੈਣੇ ਨੇ। ਫਿਲਹਾਲ ਪੀੜਤ ਇਨਸਾਫ ਦੀ ਮੰਗ ਕਰ ਰਹੀ ਹੈ ਅਤੇ ਇਲਜ਼ਾਮਾਂ ਦੇ ਘੇਰੇ 'ਚ ਨੇ ਪੁਲਿਸ ਮੁਲਾਜ਼ਮ ਅਤੇ ਉਸ ਦਾ ਪਰਿਵਾਰ ਅਤੇ ਨਾਲ ਹੀ ਪੁਲਿਸ ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਲੱਗ ਰਹੇ ਨੇ। ਅਜਿਹੇ 'ਚ ਮਾਮਲਾ ਬਹੁਤ ਸੰਜੀਦਾ ਹੈ, ਪਰ ਸਵਾਲ ਇਹ ਹੈ ਕਿ ਆਖਰ ਕਦੋਂ ਬਦਲੇਗੀ ਲੋਕਾਂ ਦੀ ਸੋਚ। ਪੀੜਤ ਨੇ ਜਿਸ ਦੇ ਨਾਲ 7 ਜਨਮਾਂ ਦਾ ਰਿਸ਼ਤਾ ਜੋੜਨ ਦਾ ਸੁਪਨਾ ਵੇਖਿਆ, ਜਿਸ ਤੇ ਸਭ ਤੋਂ ਜ਼ਿਆਦਾ ਭਰੋਸਾ ਕੀਤਾ, ਉਸੇ ਨੇ ਜ਼ਿੰਦਗੀ ਭਰ ਨਾ ਭਰਨ ਵਾਲੇ ਜ਼ਖਮ ਦੇ ਦਿੱਤੇ। ਭਾਵੇਂ ਕਿ ਸੱਚ ਕੀ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ, ਪਰ ਅਜਿਹੀਆਂ ਵਾਰਦਾਤਾਂ ਨੌਜਵਾਨਾਂ ਦੀ ਡਿੱਗਦੀ ਸੋਚ ਨੂੰ ਬਿਆਨ ਕਰਦੀਆਂ ਨੇ। ਰਮਨ ਖੋਸਲਾ, ਜ਼ੀ ਮੀਡੀਆ, ਹੁਸ਼ਿਆਰਪੁਰ। ਇੱਕ ਹੋਰ ਸ਼ਰਮਨਾਕ ਵਾਰਦਾਤ ਕੁਰੂਕਸ਼ੇਤਰ ਤੋਂ ਸਾਹਮਣੇ ਆਈ ਸੀ, ਜਿੱਥੇ ਇੱਕ ਨਾਬਾਲਗ ਕੁੜੀ ਨੂੰ ਘਰ ਦੇ ਅੱਗੋਂ ਅਗਵਾਹ ਕੀਤਾ ਸੀ, ਪਰ ਹੁਣ ਉਸ ਦੇ ਮੁਲਜ਼ਮ ਪੁਲਿਸ ਦੇ ਸ਼ਿਕੰਜੇ 'ਚ ਨੇ। ਇੱਕ ਅਜਿਹੇ ਇਲਜ਼ਾਮ 'ਚ ਘਿਰੇ ਨੇ ਜੋ ਨਾ ਸਿਰਫ ਬੇਹੱਦ ਸੰਗੀਨ ਹੈ ਬਲਕਿ ਬੇਹੱਦ ਘਿਨਾਉਣਾ ਵੀ ਹੈ। ਇਹਨਾਂ ਤੇ ਇਲਜ਼ਾਮ ਹੈ ਇੱਕ ਨਾਬਾਲਗ ਦੇ ਨਾਲ ਦਰਿੰਦਗੀ ਨੂੰ ਅੰਜਾਮ ਦੇਣ ਦਾ। ਵਾਰਦਾਤ ਕੁਰੂਕਸ਼ੇਤਰ ਦੇ ਪਿੰਡ ਜੋਗਨਾ ਖੇੜਾ ਦੀ ਹੈ, ਜਦ ਮੁਲਜ਼ਮਾਂ ਨੇ ਪੀੜਤ ਕੁੜੀ ਨੂੰ ਘਰ ਦੇ ਅੱਗਿਓਂ ਦੀ ਅਗਵਾ ਕੀਤਾ ਅਤੇ ਫਿਰ ਉਸ ਦੇ ਨਾਲ ਦਰਿੰਦਗੀ ਨੂੰ ਅੰਜਾਮ ਦਿੱਤਾ। ਐਨਆਈਏ ਇਸ ਤੋਂ ਬਾਅਦ ਮੁਲਜ਼ਮਾਂ ਨੇ ਪੀੜਤ ਨੂੰ ਲਵਾਰਸ ਹਾਲਤ ਵਿੱਚ ਹਰਿਦੁਆਰ ਵਿੱਚ ਛੱਡ ਦਿੱਤਾ ਸੀ, ਜਿਸ ਨੂੰ ਬਾਅਦ ਵਿੱਚ ਪੁਲਿਸ ਨੇ 22 ਮਾਰਚ ਨੂੰ ਬਰਾਮਦ ਕੀਤਾ। ਦੋਨੋਂ ਆਰੋਪੀਆਂ ਕੋ ਇਸ ਮੇਂ ਗ੍ਰਿਫਤਾਰ ਕਰ ਲਿਆ ਗਿਆ, ਅਦਾਲਤ ਮੇਂ ਪੇਸ਼ ਕਰ ਦਿਆ ਜਾਏਗਾ, ਬਾਕੀ ਅਗਲੀ ਤਫਤੀਸ਼ ਚੱਲ ਰਹੀ ਹੈ। ਪੁਲਿਸ ਨੇ ਭਾਵੇਂ ਹੀ ਇਸ ਮਾਮਲੇ ਵਿੱਚ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ, ਪਰ ਇੱਕ ਨਾਬਾਲਿਗ ਮੁੜ ਤੋਂ ਦਰਿੰਦਿਆਂ ਦਾ ਸ਼ਿਕਾਰ ਬਣੀ ਅਤੇ ਕੁੜੀ ਨੂੰ ਘਰ ਦੇ ਅੱਗੋਂ ਦੀ ਅਗਵਾ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਮਾਮਲੇ ਨੇ ਨਾ ਸਿਰਫ ਕੁੜੀਆਂ ਦੀ ਸੁਰੱਖਿਆ ਨੂੰ ਕਟਹਿਰੇ 'ਚ ਖੜਾ ਕੀਤਾ ਬਲਕਿ ਨੌਜਵਾਨਾਂ ਦੀ ਡਿੱਗਦੀ ਮਾਨਸਿਕਤਾ ਵੀ ਜ਼ਾਹਰ ਕੀਤੀ ਹੈ। ਰਾਕੇਸ਼ ਰੋਹਿਲਾ, ਜ਼ੀ ਮੀਡੀਆ, ਕੁਰੂਕਸ਼ੇਤਰ। ਬੇਰੁਜ਼ਗਾਰੀ ਸ਼ਾਇਦ ਇਹੀ ਵਜ੍ਹਾ ਹੈ ਕਿ ਲੋਕ ਠੱਗਾਂ ਦੇ ਜਾਲ 'ਚ ਫਸ ਜਾਂਦੇ ਨੇ, ਕਿਉਂਕਿ ਉਹ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਝਾਂਸਾ ਦਿੰਦੇ ਨੇ। ਲੋਕਾਂ ਨੂੰ ਪੁਲਿਸ ਮਹਿਕਮੇ 'ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗਣ ਵਾਲੇ ਇੱਕ ਮੁਲਜ਼ਮ ਅਮਨਦੀਪ ਸਕੋਡਾ ਨੂੰ ਅਦਾਲਤ ਨੇ 12 ਦਿਨਾਂ ਦੀ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ। ਪੁਲਿਸ ਦੀ ਗ੍ਰਿਫਤ 'ਚ ਹੱਸ ਰਿਹਾ ਇਹ ਹੈ ਅਮਨਦੀਪ ਸਕੋਡਾ। ਇਸ ਦੀ ਕਹਾਣੀ ਤੁਹਾਨੂੰ ਬਾਅਦ ਵਿੱਚ ਦੱਸਾਂਗੇ, ਲੇਕਿਨ ਪਹਿਲਾਂ ਸੁਣੋ ਇਸ ਠੱਗ ਨੂੰ। ਕੀ ਦੱਸੋ, ਕੁਛ ਨਹੀਂ ਗਿਆ, ਕੁਛ ਨਹੀਂ ਕਰਦਾ, ਮੈਂ ਕੁਛ ਲਿਆ ਦਿੱਤਾ ਤਾਂ ਹੈ ਨਹੀਂ, ਬਟ ਪੁਲਿਸ ਨੇ ਆਪਣੀ ਨਹੀਂ ਹੁੰਦੀ ਰੰਜਿਸ਼ ਨਾਲ ਮੈਨੂੰ ਮੋਹਰਾ ਬਣਾ ਦਿੱਤੀ। ਦਰਅਸਲ ਸਕੋਡਾ ਤੇ ਇਲਜ਼ਾਮ ਨੇ ਕਿ ਇਹ ਪੰਜਾਬ ਪੁਲਿਸ ਵਿੱਚ ਨੌਕਰੀ ਦਿਲਵਾਉਣ ਅਤੇ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਤਰੱਕੀ ਦਿਲਵਾਉਣ ਦੇ ਨਾਂ ਤੇ ਕਰੋੜਾਂ ਰੁਪਏ ਦੀ ਠੱਗੀ ਕਰਦਾ ਸੀ। ਇਲਜ਼ਾਮ ਨੇ ਕਿ ਇਸ ਦੀ ਪੁਲਿਸ ਅਫਸਰਾਂ ਨਾਲ ਮਿਲੀ ਭੁਗਤ ਸੀ। ਪੁਲਿਸ ਨੇ ਇਸ ਨੂੰ ਉੜੀਸਾ ਤੋਂ ਗ੍ਰਿਫਤਾਰ ਕੀਤਾ। ਸ਼ਨੀਵਾਰ ਨੂੰ ਫਿਰੋਜ਼ਪੁਰ ਪੁਲਿਸ ਨੇ ਇਸ ਨੂੰ ਕੋਰਟ ਵਿੱਚ ਪੇਸ਼ ਕੀਤਾ, ਜਿੱਥੇ ਇਸ ਨੂੰ 12 ਦਿਨਾਂ ਦੀ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਪੁਲਿਸ ਹੁਣ ਇਸ ਤੋਂ ਪੁੱਛਗਿੱਛ ਕਰ ਰਹੀ ਹੈ। ਕਿੰਨੇ ਦਿਨ ਹੈ ਸਰ? 12-4 ਤੱਕ। ਤੁਹਾਨੂੰ ਦੱਸ ਦਈਏ ਕਿ 29 ਜਨਵਰੀ ਨੂੰ ਬਲਦੇਵ ਸਿੰਘ ਨਾਂ ਦੇ ਪੀੜਿਤ ਨੇ ਇਸ ਦੇ ਖਿਲਾਫ ਮਾਮਲਾ ਦਰਜ ਕਰਾਇਆ ਸੀ। ਬਲਦੇਵ ਦੇ ਮੁਤਾਬਿਕ ਸਕੋਡਾ ਨੇ 11 ਮੁੰਡਿਆਂ ਦੀ ਭਰਤੀ ਦੇ ਲਈ 1,20,00,000 ਰੁਪਏ ਲਏ ਸੀ। ਹੁਣ ਪੀੜਿਤ ਚਾਹੁੰਦੇ ਨੇ ਕਿ ਉਹਨਾਂ ਦੇ ਪੈਸੇ ਵਾਪਸ ਮਿਲਣ। 11 ਮੁੰਡਿਆਂ ਦੇ ਜਿਹੜੇ ਪੈਸੇ ਸੀਗੇ ਇਹਨਾਂ ਨੇ ਸਾਡੇ ਤੋਂ ਲਏ ਸੀਗੇ, ਤੇ 1,20,00,000 ਰੁਪਏ ਜਿਹੜਾ ਇਹਨਾਂ ਨੇ ਸਾਡੇ ਤੋਂ ਲਿਆ ਸੀ, ਤੇ ਜਿਹੜੇ ਬੱਚਿਆਂ ਦੇ ਜਿਹੜੇ ਪੈਸੇ ਵਾਪਸ ਕਰਾਏ ਜਾਏ ਚਾਹੀਦੇ ਸੀ, ਇਹਨਾਂ ਦੀ ਜਿਹੜੀ ਕਾਰਵਾਈ ਜਿਹੜੀ ਸਖ਼ਤ ਤੋਂ ਸਖ਼ਤ ਖਿਲਾਫ ਜਿਹੜੀ ਕਾਰਵਾਈ ਹੋਈ। ਫਿਲਹਾਲ ਪੁਲਿਸ ਨੂੰ ਸਕੋਡਾ ਤੋਂ ਪੈਸਿਆਂ ਦੀ ਬਰਾਮਦਗੀ ਕਰਨ ਵਿੱਚ ਜੁਟੀ ਹੈ, ਪਰ ਸਵਾਲ ਹੁਣ ਉਹਨਾਂ ਪੁਲਿਸ ਅਫਸਰਾਂ ਤੇ ਵੀ ਚੁੱਕੇ ਜਾ ਰਹੇ ਨੇ ਜਿਨ੍ਹਾਂ ਨੇ ਇਸ ਦਾ ਸਾਥ ਦਿੱਤਾ।
दसा जा रहा है कि पुलिस का कोई भी अफसर स्कोडा बारे कुछ भी बोलन नु तैयार नहीं है। गुरदर्शन सिंह संधू, जी मीडिया, फिरोजपुर। खतरा विच आज दे लिए नहीं दिव्य इजाजत।